ਸਾਡਾ ਯੂਟਿਊਬੀ ਬਲੌਗ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੁੜ ਕੇ ਜੈ ਗੁਰਦੇਵ ਧੰਨ ਗੁਰਦੇਵ। ਸਾਡੇ ਨਾਲ ਅੱਜ ਕੈਮਰਾਮੈਨ ਅਤੇ ਰਕੇਸ਼ ਭਾਅ ਜੀ ਹੁਣੀ। ਅੱਜ ਟਾਈਮ ਕੱਢ ਕੇ ਅਸੀਂ ਜਲੰਧਰ ਦੇ ਵਿੱਚ ਵੱਖ ਵੱਖ ਮਹਾਨ ਹਸਤੀਆਂ ਨੂੰ, ਵੱਖ ਵੱਖ ਉਹ ਸਮਾਜ ਸੇਵਕਾਂ ਨੂੰ, ਵੱਖ ਵੱਖ ਉਹ ਪੋਲੀਟੀਕਲ ਲੀਡਰਾਂ ਨੂੰ ਜਿਹੜੇ ਸਤਿਗੁਰੂ ਅਰਦਾਸ ਮਹਾਰਾਜ ਨੂੰ ਪਿਆਰ ਕਰਦੇ ਆ। ਜਦੋਂ ਸਤਿਗੁਰੂ ਅਰਦਾਸ ਮਹਾਰਾਜ ਜੀ ਆਉਣ ਛਾਣ ਦੀ ਗੱਲ ਹੁੰਦੀ, ਸਾਰੇ ਸਾਥੀ ਇਕੱਠੇ ਹੁੰਦੇ ਆ। ਅਸੀਂ ਅੱਜ ਰਕੇਸ਼ ਭਾਅ ਜੀ ਉਹਨਾਂ ਦੇ ਨਾਲ ਅੱਜ ਵੱਖ ਵੱਖ ਸਾਥੀਆਂ ਨੂੰ ਮਿਲਣ ਜਾ ਰਿਹਾ ਜਲੰਧਰ ਦੇ ਵਿੱਚ, ਮਹਾਨ ਹਸਤੀਆਂ ਨੂੰ, ਸਤਿਗੁਰੂ ਅਰਦਾਸ ਮਹਾਰਾਜ ਪ੍ਰਕਾਸ਼ ਉਤਸਵ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੇ ਵਧੀਆ ਵਧੀਆ ਸੋਚ ਰੱਖਣ ਵਾਲੇ ਸਾਥੀਆਂ ਦੀਆਂ ਪ੍ਰਕਾਸ਼ ਉਤਸਵ ਦੀਆਂ ਮੁਬਾਰਕਬਾਦ ਲੈਣ ਜਾ ਰਹੇ। ਆਓ ਜੀ ਸਾਰੇ ਜਿਹੜੇ ਮਿਲਦੇ ਅੱਜ ਇਕੱਠੇ। ਦੇ ਸਾਰੀਆਂ ਸੰਗਤਾਂ ਨੂੰ ਦਾਸ ਵਰਿੰਦਰ ਕੈਦ ਵੱਲੋਂ ਦੋਵੇਂ ਹੱਥ ਜੋੜ ਕੇ ਜੈ ਗੁਰਦੇਵ ਧੰਨ ਗੁਰਦੇਵ। ਜਿਵੇਂ ਕਿ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਆਉਣ ਵਾਲੇ ਸਮੇਂ 'ਚ ਸਾਡੇ ਰਹਿਬਰ ਸਤਿਗੁਰੂ ਅਰਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਆ ਰਿਹਾ, ਉਸ ਸੰਬੰਧ ਵਿੱਚ ਅਸੀਂ ਅੱਜ ਪਹੁੰਚੇ ਹਾਂ ਬੂਟਾ ਮੰਡੀ ਵਿਖੇ ਸੇਠ ਸਤਪਾਲ ਮੱਲ ਜੀ ਦੇ ਨਾਲ ਮੁਲਾਕਾਤ ਕਰਨ। ਤੁਸੀਂ ਦੱਸੋ ਕਿ ਬੂਟਾ ਮੰਡੀ ਧਾਮ ਦੇ ਵਿੱਚ, ਵੈਸੇ ਤਾਂ ਔਰ ਵਰਲਡ ਦੇ ਵਿੱਚ ਜਾਣਿਆ ਜਾਂਦਾ ਕਿ ਬੂਟਾ ਮੰਡੀ ਸਤਿਗੁਰੂ ਅਰਦਾਸ ਮਹਾਰਾਜ ਪ੍ਰਕਾਸ਼ ਉਤਸਵ ਸੰਗਤਾਂ ਕਿੱਦਾਂ ਉਤਸ਼ਾਹ ਨਾਲ ਮਨਾਉਂਦੀਆਂ, ਆਓ ਅਸੀਂ ਸੇਠ ਸਤਪਾਲ ਜੀ ਦੇ ਉਹਨਾਂ ਤੋਂ ਜਾਣਦੇ ਹਾਂ ਅਤੇ ਐਕਤੀ ਦੇ ਪ੍ਰੋਗਰਾਮ ਦੇ ਵਿੱਚ ਕੀ ਪ੍ਰਬੰਧ, ਕੀ ਐਕਤੀ ਤੁਸੀਂ ਪ੍ਰਬੰਧ ਕੀ ਆਉਣ ਵਾਲੇ ਸਮੇਂ 'ਚ ਵਧੀਆ ਤਰੀਕੇ ਨਾਲ ਕੀ ਕਰਨ ਜਾ ਰਹੇ? ਅਸੀਂ ਇਸ ਸੰਬੰਧ ਦੇ ਵਿੱਚ 645 ਗੁਰਦਾਸਪੁਰ ਜਨਮ ਦੇ ਸੰਬੰਧ ਦੇ ਵਿੱਚ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਹਰ ਸਾਲ ਤਰ੍ਹਾਂ ਕੱਢਣ ਜਾ ਰਹੇ ਹਾਂ, ਜਿਸ ਦੇ ਵਿੱਚ ਵੱਖ ਵੱਖ ਪੋਲੀਟੀਕਲ ਸੰਸਥਾਵਾਂ ਦੇ ਨੁਮਾਇੰਦੇ ਆ ਰਹੇ ਆ। ਉਹਨੂੰ ਨੁਮਾਇੰਦਗੀ ਕਰਦੇ ਹੋਏ, ਪੂਰੀ ਸ਼ਾਹੀ ਪ੍ਰਕਰਮਾ ਕਰਦੇ ਹੋਏ ਬੂਟਾ ਮੰਡੀ ਸਤਿਗੁਰੂ ਅਰਦਾਸ ਧਾਮ ਖਤਮ ਕੀਤੀ ਜਾਊਗੀ ਅਤੇ 16 ਦੀ ਸਵੇਰ ਨੂੰ 12 ਵਜੇ ਭੋਗ ਪਾਏ ਜਾਣੇ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਅਤੇ ਸ਼ਾਮ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਪਣੇ ਵਿਸ਼ਾਲ ਕੀਰਤਨ ਦਰਬਾਰ ਕੀਤਾ ਜਾਊਗਾ, ਜਿਸ ਦੇ ਵਿੱਚ ਅਸੀਂ ਆਸ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਚੀਫ ਮਿਨਿਸਟਰ ਸਰ ਗੁਰਚਰਨ ਸਿੰਘ ਜੀ ਚੰਨੀ ਸਾਹਿਬ ਆਉਣਗੇ ਅਤੇ ਵੱਖ ਵੱਖ ਗੱਲਾਂ ਦੇ ਉੱਤੇ ਚਰਨਾਂ ਦੇ ਸੰਗਤਾਂ ਪਾਉਣਗੇ ਅਤੇ ਇਸ ਦੇ ਵਿੱਚ ਇੱਕ ਵਿਸ਼ਾਲ ਬਹੁਤ ਹੀ ਪੰਜਾਬ ਦੇ ਉੱਘੇ ਗਾਇਕ ਆ ਰਹੇ ਹਨ, ਤੋ ਸੰਗਤਾਂ ਨੂੰ ਆਪਣੇ ਪ੍ਰਬੰਧਕ ਦੇ ਨਾਲ ਪ੍ਰਯੋਜਨਾਂ ਨਾਲ ਨਿਹਾਲ ਕਰਨਗੇ। ਠੀਕ ਹੈ, ਧੰਨਵਾਦ ਜੀ। ਸਾਡੇ ਬਲੌਗ 'ਤੇ ਅੱਜ ਦੇਖੋਗੇ ਤੁਸੀਂ ਅੱਜ ਦਾ ਪੂਰਾ ਦਿਨ ਨਵੇਂ ਸਾਥੀ ਦੇ ਨਾਲ, ਨਵੇਂ ਜੁਝਾਰੂ ਸਾਥੀ ਦੇ ਨਾਲ ਅੱਜ ਦਾ ਸਤਿਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਮੁਬਾਰਕਬਾਦ ਲੈ ਜਾਂਦੇ। ਚਲੋ ਆਓ ਜੀ।